जी अस्सलाम वालेकुम। बुजुर्गो मेहरबानी जरा थोड़ा उच्चा बोलना। अच्छा, कैमरे तक आवाज भी आए। अच्छा। की नाम है जी अपना? मेरा नाम हफीज अहमद। हफीज अहमद। अच्छा हफीज अहमद साहब, ये केड़ी जगह है? देबोके। देबोके जिला केड़ा है? जिला नारोवाल ते जफरवाली लगता हूँ, तहसील इतने बन गई जी। ठीक है जी। अच्छा बुजुर्ग ये दस्या जी, कितनी बकरियां ने माशाल्लाह तुहाडे कोल टोटल? साढ़े को अपनी 25 बकरियां ने। अच्छा ठीक है। क्या होर ना बंद बथेरियां, तीन चार धिरा दियां ने, पंजा सत्तां धिरा दियां ने। मालक आश्रम तो ही की है, तीन चार के ने। नहीं मालक ही कह दिया, मालक तेरा मालक ही होंगे। अच्छा बुजुर्ग किन्ना अरसा हो गया मतलब बकरियां का काम करते हैं, बकरियां पाल रहे हैं? सानू तो बड़ा चिर हो गया। किन्ना अरसा हो गया? तकरीबन मेरी तो सारी उम्र ही लंघ गई। अच्छा माशाल्लाह, ये दादा दे तू करते आंदे पे। अच्छा तो यह दसो कि तुहाडे कोल किन्नियां मतलब केड़ी नस्ल दी बकरियां ने? बीतलां। अच्छा बीतलां, साहीवाल बीतल नागरियां। अच्छा ਇਹ ਬੀਤਲ ਜਿਹੜੀਆਂ ਤੁਸੀਂ ਦੁੱਧ ਦੇ ਮਕਸਦ ਲਈ ਰੱਖੀਆਂ ਨੇ ਕਿ ਜਾਂ ਅੱਗੇ ਮਤਲਬ ਅਗਲੀ ਨਸਲ ਬਣਾ ਵਧਾਉਣ ਵਾਸਤੇ? ਉਹਨਾਂ ਦੇ ਰੱਖੀ ਦੇ ਨੇ ਆਪਣਾ ਟੁੱਕਰ ਕਮਾ ਕੇ ਅਤੇ ਖਾਣ ਵਾਸਤੇ। ਠੀਕ ਹੈ, ਨਸਲ ਵਧਾਉਣ ਵਾਸਤੇ। ਨਸਲ ਵੀ ਵਧਾਉਣ ਵਾਸਤੇ, ਚਲੋ ਕੋਈ ਬੱਕਰਾ ਬੁਕਰਾ ਹੋਏ ਚੰਗਾ ਤਾਂ ਵੱਧ ਨਹੀਂ। ਠੀਕ ਹੈ। ਅੱਛਾ ਇਹ ਮੈਕਸੀਮਮ ਬੀਤਲ ਜਿਹੜੀ ਉਹ ਕਿੰਨਾ ਕੁ ਦੁੱਧ ਦੇ ਦਿੰਦੀ ਹੈ ਇੱਕ? ਦੁੱਧ ਨਹੀਂ, ਦੁੱਧ ਦਾ ਨਹੀਂ ਕੋਈ ਹਿਸਾਬ। ਸਹੀ ਹੈ। 4-5 ਕਿਲੋ ਦੇ ਛੱਡਦੀ ਆਮ ਬੱਕਰੀ? ਨਹੀਂ, ਸਾਰੀਆਂ ਨਹੀਂ ਦਿੰਦੀਆਂ। ਕਿਹੜੀ ਖੁਰਾਕ ਬਿਹਤਰ ਸਮਝਦੇ? ਪੰਜੀ ਤੀਹ ਬੱਕਰੀਆਂ ਮਤਲਬ ਇੱਕ ਬੰਦਾ ਅਗਰ ਪਾਲੇ ਤੇ ਉਹਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਉਹਦੇ ਵਾਸਤੇ? ਚਾਰਨ ਵਾਸਤੇ ਕਿ ਘਰ ਬੰਨ ਕੇ ਪਾਉਣ ਵਾਸਤੇ? ਘਰ ਬੰਨ ਕੇ ਪਾਉਣ ਵਾਸਤੇ ਜਾਂ ਚਾਰਨ ਵਾਸਤੇ, ਦੋਵੇਂ ਲਾ ਲਓ। ਤੁਸੀਂ ਤੁਹਾਨੂੰ ਗੱਲਾਂ ਦੇ ਦਿਓ ਕਾਰਨ, ਬੱਕਰੀ ਇੱਕ ਹੀ ਆ ਨਾ ਜਿਹੜੀ ਇੱਕ ਜੀ, ਅਤੇ ਭਾਵੇਂ ਆਪਣੀ 40 ਕਿੱਲੇ ਪੈਲੀ ਹੋਏ ਨੇ, ਬਗਾਨੀ 'ਚ ਹੀ ਜਾਣਾ ਹੈ। ਠੀਕ ਹੈ, ਆਪਣੀ 'ਚ ਹੀ ਜਾਣਾ। ਅੱਛਾ ਕੀ ਬਿਹਤਰ ਸਮਝਦੇ ਇਹਦੇ ਲਈ, ਚਰਾਈ ਬਿਹਤਰ ਰਹਿੰਦੀ ਹੈ ਬਾਹਰ ਕਿ ਜਾਂ ਘਰ ਬੰਨ ਕੇ ਪੁੱਠੇ? ਨਹੀਂ, ਚਰਾਈ ਵੀ ਬਿਹਤਰ ਰਹਿੰਦੀ ਹੈ ਅਜੇ ਕੋਈ ਚਾਰੇ ਤੇ। ਠੀਕ ਹੈ। ਅਤੇ ਬਾਰੀ, ਅੱਛਾ ਬੀਤਲ ਨੂੰ ਘਰ ਵੀ ਰੱਖਿਆ ਜਾ ਸਕਦਾ? ਘਰ ਰੱਖਿਆ ਜਾ ਸਕਦਾ, ਪਰ ਨਹੀਂ ਜੋ ਬਾਹਰ ਰਹਿੰਦੀ ਹੈ ਨਾ ਉਹ ਘਰ ਨਹੀਂ ਰਹਿ ਸਕਦੀ। ਖਰਚੇ ਹੀ ਬੜਾ ਆ ਜਾਂਦਾ ਵੀ? ਨਹੀਂ ਖਰਚੇ ਨਹੀਂ ਛੱਡੋ, ਪਰ ਜੋ ਬਾਹਰ ਰਹਿੰਦੀ ਉਹ ਘਰ ਨਹੀਂ ਰਹਿ ਸਕਦੀ। ਖੁਸ਼ ਰਹਿੰਦੀ ਵੀ ਬਾਹਰ? ਤੂੰ ਆਖਣਾ ਹੁੰਦੀਆਂ 25 ਬੱਕਰੀਆਂ ਨੇ, ਹਾਂ 40,000 ਦੀ ਅੱਗੇ ਬੇਰੀ ਲਾ ਕੇ ਚਾਰੀ ਹੈ ਜੀ। 1,00,000 ਰੁਪਈਏ ਦੀ ਕਣਕ ਲੈਂਦੀ ਹੈ 2 ਕਿੱਲੇ ਜੀ, ਹਿਸਾਬ ਲਾ ਲਈ। ਠੀਕ ਹੈ। ਅਤੇ 26,000 ਦਾ ਸ਼ਾਲਾ ਲਿਆ ਦਾ ਹੈ ਜੀ, ਅਤੇ ਮਟਰ ਅਸੀਂ ਰੋਜ਼ 2500 ਦੇ ਖਾਂਦੀਆਂ ਨੇ। ਠੀਕ ਹੈ। ਯਾਨੀ ਕਿ ਮਹੀਨਾ ਹੋ ਗਿਆ ਮੁੱਲ ਦੇ ਖਾਂਦੇ ਹਾਂ, 2500 ਦੇ ਖਾਂਦੇ ਹਾਂ, ਮਹੀਨਾ ਹੋ ਗਿਆ ਮਟਰ। ਹਾਂਜੀ, ਦੂਜੀ ਗੱਲ ਝੁੰਪ ਕਈ ਮਰਜ਼ੀਆਂ ਭਰਦੀਆਂ ਵੀ ਰਹਿੰਦੀਆਂ ਨੇ। ਕਰੀਏ ਇਹ ਕਿਤਨੇ ਕੁ ਬੱਚੇ ਦਿੰਦੀ ਹੈ? ਇਹ ਬੱਚੇ ਤਾਂ 2-2 ਵੀ ਦੇ ਸਾਡੀਆਂ ਨੇ, 1-1 ਵੀ ਦਿੰਦੀਆਂ ਨੇ, 3-3 ਦਿੰਦੀਆਂ, ਕੋਈ ਘੜ ਕੇ ਪਾਏ ਨੇ। ਇਹ ਖੁਦਾਈ ਕੰਮ, 2-3 ਵੀ ਦਿੰਦੀਆਂ ਨੇ? ਹਾਂ ਇਹ ਰੱਬੀ ਕੰਮ ਨੇ। ਅੱਛਾ ਬੀਤਲ ਤੋਂ ਇਲਾਵਾ ਹੋਰ ਕਿਹੜੀ ਨਸਲ ਹੈ ਜਿਹੜੀ ਇਸ ਇਲਾਕੇ ਦੀ ਮੁਨਾਸਬਤ ਨਾਲ ਬਿਹਤਰ ਰਹਿੰਦੀ ਹੈ? ਹੋਰ ਸਿਆਲਕੋਟੀ। ਸਿਆਲਕੋਟੀ। ਅੱਛਾ, ਕੋਈ ਸਿਆਲਕੋਟੀ ਬੱਕਰੀ ਹੈ ਆਪਣੇ ਕੋਲ? ਹਾਂਜੀ। ਆਹੋ, ਕੀ ਕਲਰ ਹੁੰਦਾ ਸਿਆਲਕੋਟੀ ਦਾ? ਬੋਰੀਆਂ ਖੱਟੀਆਂ ਚੀਨੀਆਂ। ਅੱਛਾ, ਬੋਰੀਆਂ ਖੱਟੀਆਂ ਚੀਨੀਆਂ, ਸਹੀ ਹੈ। ਅੱਛਾ ਤੇ ਜ਼ਿਆਦਾਤਰ ਬਿਹਤਰ ਕਿਹੜੀ ਕਿਹੜੀ ਨਸਲ ਹੈਗੀ ਹੈ? ਬਿਹਤਰ ਤੇ ਮੈਂ ਨਾ ਰੱਖੀ ਦੀ ਟਾੜੀ ਚੰਗੀ ਹੈ। ਅੱਛਾ, ਜ਼ਿਆਦਾ ਫਾਇਦਾ ਟੈਡੀ ਵਿੱਚ ਕਿ ਜਾਂ ਇਹਦੇ ਵਿੱਚ? ਇਹਨਾਂ 'ਚ। ਹਾਂਜੀ, ਫਾਇਦਾ ਤੇ ਪੁੱਤਰਾ ਇਹਨਾਂ 'ਚ ਹੈ ਆ, ਪਰ ਇਹ ਸੇਵਾ ਬੜੀ ਮੰਗਦੀ। ਅੱਛਾ, ਤੇ ਜਿਹੜੀ ਟੈਡੀ ਤੇ ਦੋਗਲੀ ਹੈ ਉਹਨੂੰ ਸੇਵਾ ਨਹੀਂ ਕਰਨੀ? ਉਹਦੀ ਸੇਵਾ ਨਹੀਂ ਹੁੰਦੀ, ਉਹ ਨੜੂ ਵੀ ਖਾ ਲੈਂਦੀ, ਉਹ ਨੜੂ ਖਾ ਜਾਂਦੀ ਆ, ਘਾਹ ਖਾ ਜਾਂਦੀ ਆ। ਬੱਕਰੀ ਦਿਖਾਏ ਪਹਿਲੇ? ਆਓ ਜੀ, ਆਓ ਜੀ, ਆਓ। ਅੱਛਾ, ਸਿਆਲਕੋਟੀ ਕਲਰ ਜੀ, ਤੋ ਇਹ ਸਿਆਲਕੋਟੀ ਬੱਕਰੀ ਦਿਖਾਉਣੇ ਜਾ ਰਹੇ ਹਾਂ, ਪਕੜ ਲਏ ਜੀ, ਇਹ ਪਕੜੀ ਗਈ ਹੈ ਜੀ। ਲਓ ਜੀ ਸਿਆਲਕੋਟੀ। ਅੱਛਾ ਜੀ ਸਿਆਲਕੋਟੀ। ਅੱਛਾ ਸਰ, ਇਹ ਬਤਾ ਦੇ ਕਿ ਕਿਆ ਕਿਆ ਪਹਿਚਾਣ ਹੈ ਇਸਕੀ ਸਿਆਲਕੋਟੀ ਦੀ? ਇਹ ਖੱਟੀ ਚੀਨੀ ਹੁੰਦੀ ਹੈ, ਬੂਰੀ ਚੀਨੀ ਬੂਰੀ ਹੁੰਦੀ ਹੈ, ਬਰਾਊਨ ਅਤੇ ਯਾਨੀ ਕਿ ਖੱਟੀ ਚੀਨੀ। ਮਾਸ਼ਾਅੱਲਾ। ਇਹ ਬੱਕਰੀ ਕਿੰਨੇ ਕੁ ਸੂਏ ਲਏ ਨੇ ਜੀ ਇਹਨੇ? ਇਹਨੇ 3 ਸੂਏ ਤੋਂ 50 ਸੂਈ ਹੈ। ਅੱਛਾ, ਹਾਂਜੀ ਅਤੇ ਕਿੰਨੇ ਦੰਦ ਹੈ ਜੀ? ਇਹ ਦੰਦੋ ਜਵਾਨ ਹੈ, ਛਿੱਗੀ ਹੈ।
ਅੱਛਾ ਕੋ ਦੁੱਧ ਸ਼ੁੱਧ ਵੀ ਦਿੰਦੀ ਹੈ ਹਾਂਜੀ ਦੁੱਧ ਬੜਾ ਦਿੰਦੀ ਹੈ ਭਾਜੀ ਸੇਵਾ ਕਰੀਏ ਅੱਛਾ ਕਿੰਨਾ ਕੁ ਦੁੱਧ ਘਰ ਜਾਂਦੀ ਹੈ ਹੁਣ 400 ਵੀ ਘਰ ਜਾਣੀ ਹੈ ਭਾਜੀ ਸੇਵਾ ਕਰੀਏ ਹਾਂਜੀ ਹੁਣ ਆ ਫਿਲਹਾਲ 2 ਕਿਲੋ ਅੱਛਾ ਮਾਤਾ ਮਾਂ ਦੋ ਟਨ ਭਈਆ ਇਹਦੇ ਕੋਲ ਕਿੰਨੇ ਬੱਚੇ ਨੇ ਇਹਦੀ ਕੋਈ ਹਾਈਬ੍ਰਿਡ ਤੁਹਾਡੇ ਕੋਲ ਹਾਂਜੀ ਇੱਕ ਨਸਲ ਕਿਹੜੀ ਜੀ ਇਹਦੀ ਬੱਚਾ ਕਿਹੜਾ ਜੀ ਉਹ ਅੱਗੋ ਸਿਆਲਕੋਟ ਨਹੀਂ ਰਹੇ ਹੁਣ ਉਹ ਤਰਾਸ ਕਰਾ ਦਿੱਤਾ ਹੋਰ ਕਿਹਦੇ ਨਾਲ ਤਰਾਸ ਨਾਗਰੀ ਨਾਲ ਸਾਈਵਾਲ ਨਾਲ ਸਾਈਵਾਲ ਦੇ ਕੋ ਅੱਛਾ ਅੱਛਾ ਸਾਈਵਾਲ ਦੀ ਤੇ ਕੀ ਪਹਿਚਾਨ ਹੁੰਦੀ ਹੈ ਮਤਲਬ ਮੈਂ ਇੱਕ ਆਣ ਜਾਣ ਬੰਦੇ ਨੇ ਸਾਈਵਾਲ ਦੀ ਪਹਿਚਾਨ ਉਹ ਸਾਈਵਾਲ ਦੀ ਪਛਾਣ ਉਹ ਬੱਕਰੀ ਜਾਂਦੀ ਨਹੀਂ ਭਾਈ ਪਰਾਂ ਸਾਈਵਾਲ ਦਾ ਰੰਗ ਹੀ ਸਾਰਾ ਹੀ ਨਾਗਰਾ ਉਹ ਪਾਸ ਸਾਈਵਾਲ ਦੀ ਹਾਂ ਨੰਬਰ 6 ਅੱਛਾ ਜੀ ਇਸ ਕੋ ਜੀ ਪੱਠ ਬੋਲ ਰਹੇ ਆ ਆਪ ਹਾਂਜੀ ਕਿੰਨੀ ਏਜ ਹੈਗੀ ਇਹਦੀ ਇਹ ਤਕਰੀਬਨ 2 ਕੁ ਸਾਲਾਂ ਦੀ ਹੈ ਤੇ ਦੂਸਰੇ ਸੂਏ ਸੁਣਾ ਇਹਨੇ ਅੱਛਾ ਦੂਸਰੇ ਸੂਏ ਸੁਣਾ ਹਾਂਜੀ ਇਹਦਾ ਮੁੱਲ ਕਿੰਨਾ ਕੁ ਮੰਗਦੇ ਹੋ ਅਗਰ ਕੋਈ ਇਹਦਾ ਮੁੱਲ 1.5 ਲੱਖ ਰੁਪਇਆ ਤੇ ਲੱਖ ਜਾਨੀ ਕਿ ਲੱਗ ਗਿਆ ਲੱਖ ਰੁਪਇਆ ਲੱਗ ਗਿਆ 1.5 ਲੱਖ ਰੁਪਇਆ ਲੱਗ ਗਿਆ ਹਾਂਜੀ ਠੀਕ ਹੋ ਗਿਆ ਇਹ ਕਿੰਨੇ ਕੁ ਮਹੀਨਿਆਂ ਦੇ ਗੱਬਾ ਨੇ ਕੋ ਕੀ ਕਰ ਹਾਂਜੀ ਸੁਣਿਆ ਇਹਨੇ 15 ਕੁ ਦਿਨਾਂ ਨੂੰ 15 ਕੁ ਦਿਨਾਂ ਨੂੰ 10-15 ਦਿਨ ਲੈਂਦੀ ਹੈ ਤੇ ਇਹ ਕੀ ਤੁਹਾਡੇ ਕੋ ਮਾਸ਼ਾਅੱਲਾ ਬਰੀਡਰ ਹੈ ਹਾਂਜੀ ਬਰੀਡਰ ਅੱਛਾ ਇੱਕ ਬਰੀਡਰ ਦੀ ਕੀ ਦੁੰਬ ਸ਼ੁੰਬ ਦਾ ਕੀ ਹਿਸਾਬ ਹੁੰਦਾ ਦੁੰਬ ਠੀਕ ਹੈ ਇਹਦੀ ਦੁੰਬ ਲੰਬੀ ਹੋਣੀ ਚਾਹੀਦੀ ਹੈ ਬਰੀਡਰ ਦੀ ਬੁੰਡ ਸੋਹਣੀ ਹੋਣੀ ਚਾਹੀਦੀ ਮੂੰਹ ਸੋਹਣਾ ਹੋਣਾ ਚਾਹੀਦਾ ਕੰਨ ਸੋਹਣੇ ਹੋਣੇ ਚਾਹੀਦੇ ਨੇ ਠੀਕ ਹੈ ਹਰ ਕੰਮ ਸਹੀ ਹੋਣਾ ਚਾਹੀਦਾ ਠੀਕ ਹੈ ਇਹ ਬਰੀਡਰ ਕਿਹੜੀ ਨਸਲ ਦਾ ਜੀ ਇਹ ਬਰੀਡਰ ਸਾਹੀਵਾਲ ਅੱਛਾ ਸਾਹੀਵਾਲ ਦਾ ਬਰੀਡਰ ਅੱਛਾ ਇਹ ਅਗਰ ਮਤਲਬ ਕਿਸੇ ਨੇ ਪਰਚੇਜ਼ ਕਰਨਾ ਹੋਵੇ ਤਾਂ ਕਿੰਨੇ ਦਾ ਦੇਵੋਗੇ ਇਹ ਮਹਿੰਗਾ ਹੀ ਮਿਲਣਾ ਕਿੰਨਾ ਮੁੱਲ ਕਰਦੇ ਹੋ ਇਸ ਬਰੀਡਰ ਦਾ ਤੁਸੀਂ ਇਸ ਬਰੀਡਰ ਦਾ ਮੁੱਲ ਤਕਰੀਬਨ ਤੋਂ ਤਕਰੀਬਨ 70-80 ਹਜ਼ਾਰ ਰੁਪਈਆ ਠੀਕ ਹੈ 70-80 ਹਜ਼ਾਰ ਰੁਪਈਆ ਮੂੰਹ ਤੋਂ ਕੀ ਜੇ ਹੈ ਮੂੰਹ ਤੋਂ ਮੇਰੇ ਹਿਸਾਬ ਨਾਲ ਧੋਂਦਾ ਹੁਣ ਅੱਖਾਂ ਤੋਂ ਖੱਟੀਆਂ ਨੇ ਹਾਂਜੀ ਬੱਕਰੀ ਬੜੀ ਪੁਲੀ ਦੀ ਹੋਜੀ ਜਾ ਅੱਛਾ ਕੀ ਇਹ ਦੁੰਬ ਦਾ ਕੀ ਹਿਸਾਬ ਹੈ ਅਗਰ ਛੋਟੀ ਦੁੰਬ ਵਾਲਾ ਹੋਵੇ ਬਰੀਡਰ ਬੱਚੇ ਛੋਟੀ ਦੁੰਬ ਵਾਲੇ ਜਾਣਗੇ ਕਾਰੋਬਾਰ ਸ਼ੁਰੂ ਕਰਨਾ ਉਹ ਆਮ ਜਗ੍ਹਾ ਤੋਂ ਲਵੇ ਕਿ ਜਾਂ ਕਿਸੇ ਮੰਡੀ ਤੋਂ ਲਵੇ ਯਾਰ ਤੁਸੀਂ ਤਾਂ ਪੁੱਠੀਆਂ ਗੱਲਾਂ ਕਰਦੇ ਹੋ ਆਮ ਜਗ੍ਹਾ ਤੋਂ ਲਈਏ ਤੇ ਜਿਹੜੀਆਂ ਬੱਕਰੀਆਂ ਨੇ ਉਹ ਨਹੀਂ ਮਿਲਦੀਆਂ ਅੱਛਾ ਮੰਡੀ ਤੋਂ ਉਹ ਜਾਣੀ ਹੈ ਜਿਹੜੀ ਕਿਸੇ ਕੰਮ ਦੀ ਨਹੀਂ ਹੋਣੀ ਕੰਮ ਦੀ ਸ਼ਾਇਦ ਕਿਸੇ ਦਾ ਦਿਲ ਕਰਦਾ ਮੰਡੀ ਖੜਨ ਨੂੰ ਅੱਛਾ ਜਿੱਦਾਂ ਮਾਜੀ ਕੋ ਮਜਬੂਰ ਹੋਏ ਉਹ ਤੁਸਾਂ ਲੈਣੀਆਂ ਨੇ ਤੁਹਾਨੂੰ ਸਿੱਧੇ ਰਾਏ ਪਾਵਾਂ ਤੇ ਪੁੱਠੇ ਜਾਣਾ ਜੇ ਨਹੀਂ ਮਾਸ਼ਾਅੱਲਾ ਕੋਈ ਬਹਾਓ ਕੋਈ ਬੱਚੇ ਸਾਨੂੰ ਕੋਈ ਬਹਾਓ ਕੋਈ ਪੁੱਛੋ ਤੁਹਾਡੇ ਦਾ ਵੇਖੋ ਜੀ ਮਾੜੀ ਖੂਬਸੂਰਤ ਆ ਜੀ ਮਾੜੀ ਖੂਬਸੂਰਤ ਮਾਸ਼ਾਅੱਲਾ ਇਹ ਕਿਹੜੀ ਨਸਲ ਦੀ ਇਹ ਵੀ ਸਾਹੀਵਾਲ ਹੈ ਜੀ ਹਾਂਜੀ ਮਾਸ਼ਾਅੱਲਾ ਜੀ ਇਹ ਨਾਰੋਵਾਲ ਡਿਸਟ੍ਰਿਕਟ ਦੇ ਅੰਦਰ ਸਾਹੀਵਾਲ ਕੇ ਬੱਚੇ ਹੈ ਮੇਰੇ ਜੋ ਅਨੂਰ ਗੋਟ ਐਂਡ ਡੇਅਰੀ ਫਾਰਮ ਹਾਂਜੀ ਮਾਸ਼ਾਅੱਲਾ ਇਹ ਕੌਣ ਸੀ ਹੈ ਜੀ ਇਹ ਵੀ ਸਾਹੀਵਾਲ ਹੈ ਅੱਛਾ ਇਹ ਵੀ ਸਾਹੀਵਾਲ ਹੈ ਹਾਂਜੀ ਜੀ ਬੜਾ ਕਰੀਜ਼ ਥਾ ਜੀ ਮੁਝੇ ਔਰ ਵਿਵਰਸ ਕੋ ਵੀ ਕਿ ਇਹ ਕਰੀ ਇਹ ਦਿਖਾਤੇ ਨਹੀਂ ਹੈ ਜੀ ਹਮ ਆਪਕੋ ਦਿਖਾ ਰਹੇ ਹੋ ਅਬ ਇਹ ਵੀ ਸਿਆਲਕੋਟ ਹੀ ਹੈ ਜੀ ਹਾਂਜੀ ਅੱਛਾ ਇਹ ਸਿਆਲਕੋਟ ਦਾ ਕਲਰ ਹੈ ਹਾਂਜੀ ਠੀਕ ਹੈ ਜੀ ਅੱਛਾ ਇਹ ਸਿਆਲਕੋਟ ਦੀ ਸਿਰਫ ਕਲਰ ਕੀ ਹੀ ਪਹਿਚਾਨ ਹੈ ਕਿ ਹੋਰ ਚੀਜ਼ਾਂ ਵੀ ਕੁਝ ਕਾਊਂਟ ਕਰਤੀ ਹੈ ਕੀ ਪਹਿਚਾਨ ਹੈ ਔਰ ਕੀ ਕਾਊਂਟ ਹੋਤੀ ਹੈ ਔਰ ਇਹਨਾਂ ਦੇ ਸਿੰਘ ਬੜੇ ਹੋਤੇ ਹੈ ਕਾਨ ਛੋਟੇ ਹੋਤੇ ਹੈ ਕਾਨ ਛੋਟੇ ਹੋਤੇ ਹੈ ਸਿੰਘ ਬੜੇ ਹੋਤੇ ਹੈ ਇਹ ਕਿੰਨਾ ਦੁੱਧ ਦੇਤੀ ਹੈ ਜੀ ਇਹ ਦੁੱਧ ਦੇਤੀ ਹੈ ਕੁਝ 7-8 ਕਿਲੋ ਹਾਂਜੀ ਇਹ 8 ਕਿਲੋ ਦੁੱਧ ਦੇਣੇ ਵਾਲੀ ਜੈਨੂਅਨ ਆਹ ਬੱਚੇ ਨੇ ਦੇ ਮਗਰ ਮਾਸ਼ਾਅੱਲਾ ਜੀ 3 ਬੱਚੋਂ ਵਾਲੀ ਜੀ ਸਹੀ ਵਾਲਾ ਹੈ ਜੀ ਹਾਂਜੀ ਲੈ ਲੈ ਅੱਛਾ ਬੱਕਰੇ ਸਹੀ ਹੈ ਜੀ ਹਰ ਸੂਗੇ ਮੈਂ ਬੱਕਰੇ ਦੇਤੀ ਹੈ ਨਹੀਂ ਉੱਥੇ ਤੇਰੇ ਬੱਕਰੇ ਆਏ ਨੇ ਘੜ ਕੇ ₹5 ਲੱਖ ਦੀ ਵੀ ਇਹੋ ਜਿਹੀ ਲੱਭ ਜੇ ਐਵੇਂ ਸਵਾਬ ਲੱਗ ਜਾਂਦਾ ਠੀਕ ਹੈ ਜੀ
ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ ਕਹਿੰਦੇ ਆ ਕਿ ਉਹ ਗੱਲ ਸੁਣੋ ਮੇਰੀ ਬੱਚੇ ਘੜ ਕੇ ਨਹੀਂ ਪਾਏ ਦੇ ਅੱਛਾ ਇਹ ਕੁਦਰਤ ਵਾਲੀ ਦੀ ਮਰਜ਼ੀ ਹੈ ਇੱਕ ਦੇ ਦੋ ਦੇ ਚਾਰ